ਅਤੇ ਜਦੋਂ ਪਰਮੇਸ਼ਵਰ ਦਾ ਵਚਨ ਚੱਲਦਾ ਹੈ and when the word of God is read ਅਤੇ ਉਹ ਤਲਵਾਰ ਦੀ ਤਰ੍ਹਾਂ ਚੱਲਦਾ ਹੈ it would goes like a sword ਅਤੇ ਅੱਜ ਬਹੁਤ ਸਾਰੇ ਬੰਦੇ ਜਿਹੜੇ ਸ਼ੈਤਾਨ ਨੇ ਜਕੜੇ ਨੇ ਅੱਜ ਉਹਨਾਂ ਦੇ ਬੰਧਨਾਂ ਨੂੰ ਉਹ ਤਲਵਾਰ ਤੋੜਦੀ ਚਾਹੀਗੀ many people bonded by the evil their the sword will just pierce them ਜਿਨ੍ਹਾਂ ਬੰਧਨਾਂ ਦੇ ਨਾਲ ਤੁਸੀਂ ਬੰਧੇ ਹੋਏ ਹੋ ਅੱਜ ਜਦ ਤਲਵਾਰ ਆਏਗੀ ਤੇ ਉਹਨਾਂ ਨੂੰ ਕੱਟ ਦੇਗੀ and the bondages you are bound with the sword will come and cut it asunder ਅਤੇ ਦੁਸ਼ਟ ਆਤਮਾ ਨੂੰ ਤੁਸੀਂ ਰੌਲਾ ਪਾਉਂਦੇ ਤੇ ਚਲਾਉਂਦੇ ਹੋਏ ਦੇਖੋਗੇ ਇਸ ਜਗ੍ਹਾ ਦੇ ਉੱਤੇ and you will see the spirits are shouted and crying ਅਤੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਅੱਜ ਆਜ਼ਾਦ ਹੁੰਦੇ ਦੇਖੋਗੇ ਇਸ ਜਗ੍ਹਾ ਦੇ ਉੱਤੇ and you at this place you will see many people being delivered ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਬਿਮਾਰੀਆਂ ਦੇ ਨਾਲ ਫੜੇ ਹੋਏ ਨੇ ਅਤੇ ਯਿਸੂ ਦੇ ਨਾਮ 'ਚ ਉਹਨਾਂ ਨੂੰ ਡਿਲੀਵਰ ਹੁੰਦੇ ਦੇਖੋਗੇ you will see many people being delivered from the bondages of diseases and sickness ਕਿਉਂਕਿ ਪਰਮੇਸ਼ਰ ਦਾ ਕਲਾਮ ਇਸ ਤਰ੍ਹਾਂ ਕਹਿੰਦਾ ਹੈ for the word of god ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਕਹਿੰਦਾ ਹੈ the word of god says ਅੱਜ ਇਸ ਵੇਲੇ ਮੈਂ ਪ੍ਰਾਰਥਨਾ ਕਰਾਂਗਾ when I will pray today ਉਸ ਵੇਲੇ ਤੁਸੀਂ ਆਪਣੇ ਟੈਲੀਫੋਨ ਆਨ ਕਰ ਸਕਦੇ ਹੋਵੋਗੇ you can keep your mobile on ਅਤੇ ਜੇਕਰ ਤੁਸੀਂ ਕਿਸੇ ਮਰੀਜ਼ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦੇ ਹੋ ਤੁਸੀਂ ਉਹ ਗੱਲ ਕਹਿ ਸਕਦੇ ਹੋ and if you want to get prayed upon for a patient you can tell him ਬਈ ਅੱਜ ਤੋਂ ਆਨਲਾਈਨ ਪ੍ਰਾਰਥਨਾ ਦੇ ਨਾਲ ਜੁੜਿਆ ਹੈ that you be on online ਸਾਨੂੰ ਟੀਵੀ ਰਾਹੀਂ ਦੇਖ ਰਹੇ ਹੋ ਠੀਕ ਹੋ ਰਹੇ ਹੋ by the television you are watching us you are getting healed ਦੁਸ਼ਟ ਆਤਮਾ ਨੇ ਕਬਜ਼ੇ ਤੁਹਾਨੂੰ ਛੱਡ ਕੇ ਜਾ ਰਹੇ ਹਨ the strong holds of the evil spirit are leaving ਤੁਹਾਡੇ ਘਰਾਂ ਨੂੰ ਛੱਡ ਕੇ ਜਾ ਰਹੇ ਹਨ leaving your homes out ਤੁਹਾਡੇ ਬੱਚਿਆਂ ਨੂੰ ਛੱਡ ਕੇ ਜਾ ਰਹੇ ਹਨ leaving your children out ਅਤੇ ਅੱਜ ਯਿਸੂ ਦੇ ਨਾਮ 'ਚ ਹੀਲਿੰਗ ਹੋ ਰਹੀ ਹੈ and there is healing going around in the name of Jesus ਰੁਦਿਆਕ ਰੁਦਿਆਕ ਆਊਟ ਆਊਟ ਫਾਇਰ पुराने से पुराने कब्जे को यीशु मसीह के नाम से तोड़ते थे छड़ के जाने वो चलाओ तो निकल जाओ यीशु मसीह के नाम में